ਮੈਨੂੰ ਫਿਸਚੁਲਾ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ। ਉੱਥੋਂ ਮੈਂ ਦੋ ਇੱਕ ਦੋ ਵਾਰੀ ਪੇਸ਼ੈਂਟ ਕਰਵਾਏ, ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਸਟਾਰ ਹਸਪਤਾਲ ਜਲੰਧਰ 'ਚ ਡਾਕਟਰ ਜਸਮੀਤ ਸਿੰਘ ਜੀ ਆਹਲੂਵਾਲੀਆ ਹੈਗੇ। ਇਸਦੇ ਕਰਕੇ ਮੈਂ 2-3 ਮਹੀਨੇ ਪਹਿਲਾਂ ਇਹਨਾਂ ਕੋਲ ਆਇਆ ਔਰ ਮੈਨੇ ਇਹਨਾਂ ਕੋਲ ਲੇਜ਼ਰ ਦੇ ਨਾਲ ਸਰਜਰੀ ਕਰਵਾਈ। ਇਹ ਫਿਸਚੁਲਾ ਇਹੋ ਜਿਹੀ ਬਿਮਾਰੀ ਹੈ ਕਿ ਦੁਬਾਰਾ ਹੋਣ ਦੇ ਚਾਂਸਿਸ ਕਾਫੀ ਰਹਿੰਦੇ ਨੇ, ਜਿਸ ਕਰਕੇ ਮੇਰਾ ਦੁਬਾਰਾ ਰੀਕਨਸ ਹੋ ਗਿਆ ਮਹੀਨਾ ਕੁ ਪਹਿਲਾਂ। ਅਤੇ ਮੈਂ ਡਾਕਟਰ ਸਾਹਿਬ ਕੋਲ ਆਇਆ, ਫਿਰ ਦੁਬਾਰਾ ਇਹਨਾਂ ਨੇ ਮੇਰਾ ਦੁਬਾਰਾ ਲੇਜ਼ਰ ਦੇ ਨਾਲ ਓਪਰੇਸ਼ਨ ਕੀਤਾ ਅਤੇ ਮੈਂ ਹੁਣ ਬਿਲਕੁਲ ਠੀਕ ਹੈ। ਮੈਂ ਘਰ ਜਾ ਰਿਹਾ ਸਵਸਥ ਹੋ ਕੇ। ਅੱਛਾ ਜੀ, ਮੇਰਾ ਨਾਮ ਗੁਰਦੀਪ ਸਿੰਘ ਹੈ, ਮੈਂ ਬਟਾਲੇ ਤੋਂ ਆਇਆ ਇੱਥੇ ਇਲਾਜ ਕਰਾਉਣ। ਪਹਿਲਾਂ ਮੈਂ ਬਟਾਲੇ ਤੋਂ ਓਪਨ ਸਰਜਰੀ ਕਰਵਾਈ ਸੀ ਫਿਸਚੁਲਾ ਦੀ। ਮੈਨੂੰ ਫਿਸਚੁਲਾ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ, ਫਿਰ ਉਹ ਦੁਬਾਰਾ ਹੋ ਗਈ ਅਤੇ ਮੈਨੂੰ ਫਿਰ ਠੀਕ ਨਾ ਹੋਵੇ। ਉੱਥੋਂ ਮੈਂ ਇੱਕ ਦੋ ਵਾਰੀ ਪੇਸ਼ੈਂਟ ਕਰਵਾਏ, ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਸਟਾਰ ਹਸਪਤਾਲ ਜਲੰਧਰ 'ਚ ਡਾਕਟਰ ਜਸਮੀਤ ਸਿੰਘ ਜੀ ਆਹਲੂਵਾਲੀਆ ਹੈਗੇ ਨੇ, ਉਹ ਦੇਸ਼ ਦੇ ਨਾਲ ਇਲਾਜ ਕਰਦੇ ਨੇ, ਉਹ ਬਹੁਤ ਵਧੀਆ ਇਲਾਜ ਕਰਦੇ ਨੇ। ਇਸਦੇ ਕਰਕੇ ਮੈਂ 2-3 ਮਹੀਨੇ ਪਹਿਲਾਂ ਇਹਨਾਂ ਕੋਲ ਆਇਆ ਔਰ ਮੈਨੇ ਇਹਨਾਂ ਕੋਲ ਲੇਜ਼ਰ ਦੇ ਨਾਲ ਸਰਜਰੀ ਕਰਵਾਈ। ਇਹ ਫਿਸਚੁਲਾ ਇਹੋ ਜਿਹੀ ਬਿਮਾਰੀ ਹੈ ਕਿ ਦੁਬਾਰਾ ਹੋਣ ਦੇ ਚਾਂਸਿਸ ਕਾਫੀ ਰਹਿੰਦੇ ਨੇ, ਜਿਸ ਕਰਕੇ ਮੇਰਾ ਦੁਬਾਰਾ ਰੀਕਨਸ ਹੋ ਗਿਆ ਮਹੀਨਾ ਕੁ ਪਹਿਲਾਂ। ਅਤੇ ਮੈਂ ਡਾਕਟਰ ਸਾਹਿਬ ਕੋਲ ਆਇਆ, ਫਿਰ ਦੁਬਾਰਾ ਇਹਨਾਂ ਨੇ ਮੇਰਾ ਦੁਬਾਰਾ ਲੇਜ਼ਰ ਦੇ ਨਾਲ ਓਪਰੇਸ਼ਨ ਕੀਤਾ, ਜਿਸ ਦਾ ਕਿ ਦੁਬਾਰਾ ਮੇਰਾ ਖਰਚਾ ਬਹੁਤ ਹੀ ਨੋਮੀਨਲ ਆਇਆ ਅਤੇ ਮੈਂ ਹੁਣ ਬਿਲਕੁਲ ਠੀਕ ਹੈ। ਮੈਂ ਘਰ ਜਾ ਰਿਹਾ ਸਵਸਥ ਹੋ ਕੇ ਅਤੇ ਮੈਂ ਸਾਰੇ ਲੋਕਾਂ ਨੂੰ ਰਿਕਮੈਂਡ ਕਰਾਂਗਾ ਕਿ ਓਪਨ ਸਰਜਰੀ ਨਾਲੋਂ ਲੇਜ਼ਰ ਦੇ ਨਾਲ ਸਰਜਰੀ ਚੀਪ ਔਰ ਬੈਸਟ ਹੈ ਔਰ ਈਜ਼ੀ ਰਿਕਵਰੀ ਹੈ। ਔਰ ਜਲੰਧਰ ਵਿੱਚ ਡਾਕਟਰ ਜਸਮੀਤ ਸਿੰਘ ਜੀ ਆਹਲੂਵਾਲੀਆ ਲੇਜ਼ਰ ਦੇ ਵਿੱਚ ਬੈਸਟ ਡਾਕਟਰ ਹਨ। ਧੰਨਵਾਦ।